ਉਹਨਾਂ ਨੇ ਮੈਨੂੰ ਕਿਹਾ ਵੀ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈ ਇਹ ਜੱਗਾ ਹੋਊਗਾ। ਮੈਂ ਕਿਹਾ ਜੀ ਸਾਨੂੰ ਪ੍ਰਵਾਹ ਨਹੀਂ, ਆਪਾਂ ਅਕਾਲੀ ਦਲ ਦਾ ਬਣਾਉਣਾ, ਜੇ ਬਾਕੀ ਜਿਹੜੇ ਬੰਦੇ ਨੇ ਕੋਈ ਵੀ ਅਕਾਲੀ ਦਲ ਦਾ ਕੈਂਡੀਡੇਟ ਚੁਣ ਦੋ ਅਸੀਂ ਉਹਨਾਂ ਦੇ ਨਾਲ। ਉਹਨੇ ਮੈਨੂੰ ਗੱਲ ਕਰੀ ਵੀ ਆਪਾਂ ਜੱਗੇ ਨੂੰ ਪ੍ਰਧਾਨ ਬਣਾਉਣਾ। ਮੈਂ ਕਿਹਾ ਜੀ ਜੱਗੇ ਨੂੰ ਬਣਾਉਣਾ ਉਹ ਜਦ ਜਿਹੜੀ ਗੱਲ, ਉਹ ਕਹਿੰਦਾ ਕਿਉਂ? ਮੈਂ ਕਿਹਾ ਬਾਕੀ ਦੇ 14 ਐਮਸੀ ਨੇ ਜਿਹੜੇ ਮਰਜ਼ੀ ਨੂੰ ਬਣਾ ਲਓ। ਉਹ ਕਹਿੰਦਾ ਆਪਾਂ ਚਾਹੁੰਦੇ ਹਾਂ ਵੀ ਬਣ ਵੀ ਅਕਾਲੀ ਦਲ ਦਾ ਜਾਂ ਭਾਰਤ ਆਜ਼ਾਦ। ਮੈਂ ਕਿਹਾ ਜੀ ਫਿਰ ਉਹਦੇ ਨਾਲੋਂ ਬੈਸਟ ਕੈਂਡੀਡੇਟ ਆਪਣੇ ਕੋਲ ਬਿਹਤਰ, ਜੋ ਪਹਿਲੇ ਦਿਨ ਸਾਡੀ ਗੱਲ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ। ਕਹਿੰਦੇ ਕਿਵੇਂ? ਮੈਂ ਕਿਹਾ ਆਜ਼ਾਦ ਵੀ ਆ, ਬਰਾਦਰੀ ਦਾ ਵੀ ਆ, ਭੋਲਪੁਰੀ ਬਰਾਦਰੀ ਦਾ ਆਪਾਂ ਚਾਹੁੰਦੇ ਹਾਂ, ਭੋਲਪੁਰੀ ਬਰਾਦਰੀ ਦਾ ਵੀ ਆ, ਹਿੰਦੂ ਵੀ ਆ, ਅਤੇ ਆਜ਼ਾਦ ਡਿਸਟ੍ਰਿਕਟ ਵੀ ਆ। ਅਤੇ ਉਹਦੀ ਦੋਨਾਂ ਦੀ ਰੈਪੂਟੇਸ਼ਨ ਬਾਰੇ ਪਤਾ ਕਰਾ ਲਓ, 100 ਦਰਜੇ ਦੀ ਰੈਪੂਟੇਸ਼ਨ ਤੋਂ ਜ਼ਿਆਦਾ ਵਧੀਆ ਕੋਈ ਚਿੰਤੂ ਹੋਊਗਾ ਤਾਂ ਮੈਂ ਕਿਸੇ ਬਾਰੇ ਨਹੀਂ ਕਰਨਾ ਚਾਹੁੰਦਾ। ਪਰ ਆਮ ਜਿਹੜੀ ਕਿਤੇ ਗੱਲ ਚੱਲਦੀ ਆ ਵੀ ਮੈਂ ਤਾਂ ਪਰ ਇਹੋ ਜਿਹਾ ਕੋਈ ਐਲੀਗੇਸ਼ਨ ਨਹੀਂ ਆਪਣੀ, ਉੱਥੇ ਪਾਕੜ ਵਧੂਗੀ ਅਕਾਲੀ ਦਲ ਦੀ, ਮੈਂ ਤਾਂ ਉਹਨੂੰ ਪ੍ਰਧਾਨ ਬਣਾਉਂਦਾ। ਜੇ ਆਪਾਂ ਚਾਹੁੰਦੇ ਅਕਾਲੀ ਦਲ ਦਾ ਹੋਲਡ ਜ਼ਿਆਦਾ ਵਧੂਗਾ ਬਰਾਦਰੀ ਦੇ ਵਿੱਚ, ਮੈਂ ਮੈਨੂੰ ਢਿੱਲੋਂ ਸਾਹਿਬ ਕਹਿੰਦੇ ਵੀ ਦੱਸੋ ਬੈਠਿਆ ਰਹਿਣਾ ਵੀ ਇਹਦਾ ਕੀ ਵਿਚਾਰ ਹੈ। ਮੈਂ ਕਿਹਾ ਢਿੱਲੋਂ ਸਾਹਿਬ ਗੱਲ ਇਹ ਹੈ ਵੀ ਸਾਡੀ ਪਾਰਟੀ ਨਾਲ ਕਿਸੇ ਤਰ੍ਹਾਂ ਦੀ ਕੋਈ ਲੜਾਈ, ਅਸੀਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਫ਼ਾਦਾਰ ਵਰਕਰ ਦੇ ਤੌਰ 'ਤੇ ਕੰਮ ਕਰ ਰਹੇ ਹਾਂ, ਠੀਕ ਹੈ? ਸਾਡੀ ਤੁਹਾਡੇ ਨਾਲ ਕੋਈ ਲੜਾਈ ਨਹੀਂ, ਤੁਸੀਂ ਸਾਡੇ ਵੱਡੇ ਭਰਾ ਹੋ, ਸਾਡੇ ਸਤਿਕਾਰਯੋਗ ਹੋ। ਪੰਮੀ ਜੀ ਦਾ ਹੁਕਮ ਹੋਇਆ ਢਿੱਲੋਂ ਸਾਹਿਬ ਨੂੰ ਮਿਲਣਾ, ਮੈਂ ਇਹਦੇ ਨਾਲ ਉੱਠ ਕੇ ਤੁਰਿਆ ਆ, ਪਰ ਮੈਂ ਤੁਹਾਨੂੰ ਹੀ ਮਿਲਣ ਆਇਆ, ਮੈਂ ਉੱਧਰ ਲੰਚ ਵਾਸਤੇ ਨਹੀਂ ਆਇਆ। ਕਹਿੰਦਾ ਇਹਦਾ ਸਲਿਊਸ਼ਨ ਕੀ ਹੈ, ਕੋਈ ਹੱਲ? ਮੈਂ ਕਿਹਾ ਜੀ ਹੱਲ ਤਾਂ ਇੱਕੋ ਇੱਕ ਹੈ, ਜੇ ਆਪਾਂ ਕੈਂਡੀਡੇਟ ਚੇਂਜ ਕਰ ਲਓ ਅਕਾਲੀ ਦਲ ਬਣਵਾ ਲਓ। ਮੈਨੂੰ ਕੀ ਉਤਰਾ ਜੂ? ਕਹਿੰਦਾ ਉਹ ਨਹੀਂ ਆਇਆ ਰਾਜ ਜਗਵਿੰਦਰ। ਮੈਂ ਕਿਹਾ ਜੀ ਉਹਦੀ ਮੈਂ ਜ਼ਿੰਮੇਵਾਰੀ ਲੈਂਦਾ ਵੀ ਸਾਰੇ ਦੇ ਸਾਰੇ ਵੋਟਾਂ ਪੈ ਜਾਣਗੇ, ਅਕਾਲੀ ਦਲ ਦਾ ਕੈਂਡੀਡੇਟ ਚੇਂਜ ਕਰ ਤੂੰ, ਕੋਈ ਕੈਂਡੀਡੇਟ ਜੱਗੇ ਦੀ ਜਗ੍ਹਾ ਅਕਾਲੀ ਦਲ ਦਾ ਕੈਂਡੀਡੇਟ ਬਣਾ ਲਓ। ਮੈਨੂੰ ਚੌਧਰੀ ਕਹਿੰਦਾ ਵੀ ਉਹ ਤਾਂ ਚੇਂਜ ਨਹੀਂ ਹੋਣਾ, ਉਹਨਾਂ ਦੇ ਨਾਲ ਹੀ ਚੌਧਰੀ ਕਰਮਜੀਤ ਬੈਠਾ ਹੋਵੇ। ਕਹਿੰਦਾ ਉਹ ਕੈਂਡੀਡੇਟ ਤਾਂ ਚੇਂਜ ਨਹੀਂ ਹੋ ਸਕਦਾ। ਮੈਂ ਕਿਹਾ ਕਿਉਂ ਨਹੀਂ ਹੋ ਸਕਦਾ? ਕਹਿੰਦਾ ਤੈਨੂੰ ਪਤਾ ਕਿੱਥੋਂ ਆਇਆ? ਮੈਂ ਕਿਹਾ ਜਿੱਥੋਂ ਆਇਆ ਮੈਂ ਉੱਥੇ ਹੀ ਜਾਂਦਾ, ਡਿਪਟੀ ਸੀ ਐਮ ਸਾਹਿਬ ਨਾਲ ਮੈਂ ਇਸ ਮੁੱਦੇ 'ਤੇ ਗੱਲ ਕਰਦਾ, ਤੁਸੀਂ ਮੈਨੂੰ ਗੱਲ ਕਰਨ ਤੋਂ ਰੋਕਦੇ ਸੀ। ਢਿੱਲੋਂ ਕਹਿੰਦਾ ਯਾਰ ਜੱਗੇ ਕੋਲ ਤਾਂ ਵੋਟਾਂ ਸੀ। ਮੈਂ ਕਿਹਾ ਜੀ ਉਹਦੇ ਕੋਲ ਕਾਂਗਰਸ ਦੀਆਂ ਵੋਟਾਂ ਨੇ, ਅਦਰਵਾਈਜ਼ ਵੋਟਾਂ ਨਹੀਂ, ਅਦਰਵਾਈਜ਼ ਵੋਟਾਂ ਸਾਡੇ ਕੋਲ ਵੱਧ ਨੇ। ਕਹਿੰਦਾ ਕਾਂਗਰਸ ਦੀਆਂ ਵੀ ਤਾਂ ਵੋਟਾਂ ਹੀ ਨੇ। ਅਸੀਂ ਕਿਹਾ ਸਾਡੀ ਕਾਂਗਰਸ ਨਾਲ ਕੋਈ ਵੱਟ ਸਾਂਝੀ ਸੀ? ਅਸੀਂ ਪਾਰਟੀ ਦੇ ਵਫ਼ਾਦਾਰ ਹੈ, ਉਹ ਦੋਗਲ ਹੈ, ਉਹ ਕਾਂਗਰਸ ਨਾਲ ਹੱਥ ਮਿਲਾਈ ਫਿਰਦਾ, ਕਾਂਗਰਸ ਉਹਦਾ ਸਾਂਤਾਲ ਦਾ ਚਾਹੁੰਦੇ ਆ। ਅਤੇ ਰਾਜੂ ਕਹਿੰਦਾ ਫਿਰ ਇਹਦਾ ਮਤਲਬ ਅਸੀਂ ਜੱਗੇ ਵਰਗੇ ਬਣ ਜਾਈਏ? ਢਿੱਲੋਂ ਦੀ ਅੱਗੇ ਸਟੇਟਮੈਂਟ ਸੀ ਕਹਿੰਦਾ ਬਣ ਜਾਓ ਜੋ ਮਰਜ਼ੀ ਕਰੋ, ਸਾਨੂੰ ਇੱਕ ਤਰ੍ਹਾਂ ਦੇ ਛਿੱਤਰ ਨਹੀਂ ਮਾਰੇ, ਕੋਠੀ 'ਚੋਂ ਕੱਢਣ ਵਾਸਤੇ ਭੱਜੋ ਜਾਓ ਜਿੱਥੇ ਜਾਣਾ ਭੱਜ ਜਾਓ। ਮੈਂ ਕਿਹਾ ਭਾਅ ਜੀ ਅਸੀਂ ਜਿੱਥੇ ਜਾਣਾ ਡਿਪਟੀ ਸੀ ਐਮ ਸਾਹਿਬ ਕੋਲ ਜਾਣਾ ਉੱਥੇ। ਮੈਂ ਕਿਹਾ ਭਾਅ ਜੀ ਤੁਹਾਨੂੰ ਮੈਂ ਉੱਧਰ ਵੀ ਜ਼ਿਕਰ ਕਰਿਆ ਸੀ ਵੀ ਆਪਾਂ ਕੈਂਡੀਡੇਟ ਚੇਂਜ ਕਰਦੇ, ਜਦੋਂ ਚੌਧਰੀ ਨੇ ਮੈਨੂੰ ਇਹ ਲਫ਼ਜ਼ ਵਰਤੇ ਕਹਿੰਦਾ ਉਹ ਨਹੀਂ ਹੋ ਸਕਦਾ। ਮੈਂ ਕਿਹਾ ਮੈਂ ਡਿਪਟੀ ਸੀ ਐਮ ਸਾਹਿਬ ਨਾਲ, ਤੁਸੀਂ ਰੋਕਦੇ ਹੋ ਜੀ? ਮੈਂ ਗੱਲ ਕਰਿਆ ਉਹਨੇ ਡਿਪਟੀ ਸੀ ਐਮ ਸਾਹਿਬ ਨਾਲ ਗੱਲ ਕਰਕੇ, ਮੈਂ ਉਹਨੂੰ ਪੂਰਾ ਚਾਨਣਾ ਪਾਉਣਾ ਚਾਹੁੰਦਾ ਵੀ ਸਾਡਾ ਪਾਰਟੀ ਪ੍ਰਧਾਨ ਹੈ, ਅਸੀਂ ਚਾਹੇ ਪਾਰਟੀ 'ਚ ਨਿਮਾਣੇ ਜੇ ਵਰਕਰ ਦੇ ਤੌਰ 'ਤੇ ਕੰਮ ਕਰਦੇ, ਪਰ ਅਸੀਂ ਵਫ਼ਾਦਾਰੀ ਦੇ ਤੌਰ 'ਤੇ ਕੰਮ ਕਰਦੇ, ਸਾਨੂੰ ਮਾਣ ਹੈ ਵੀ ਸਾਡੀ ਡਿਪਟੀ ਸੀ ਐਮ ਸਾਹਿਬ ਪਾਰਟੀ ਪ੍ਰਧਾਨ ਇਹ ਗੱਲ ਸੁਣੂਗਾ ਜੀ। ਅਤੇ ਮੈਨੂੰ ਅੱਗੇ ਤੋਂ ਬੋਲਿਆ ਢਿੱਲੋਂ, ਕਹਿੰਦਾ ਤੇਰੀ ਔਕਾਤ ਹੀ ਸੀ ਉੱਥੇ ਜਾਣ। ਮੈਂ ਕੀ ਗੱਲ ਹੋਊਗੀ, ਸਾਡੀ ਕਿਉਂ ਔਕਾਤ ਨੂੰ? ਕਹਿੰਦਾ ਕਿਵੇਂ ਜਾਏਗਾ? ਮੈਂ ਕਿਹਾ ਮੈਂ ਮਜੀਠੀਆ ਸਾਹਿਬ ਨੂੰ ਨਾਲ ਲੈ ਕੇ ਜਾਊਂਗਾ, ਮੈਂ ਇੱਥੇ ਮਜੀਠੀਆ ਸਾਹਿਬ ਜਾਵਾਂਗੇ। ਮੈਨੂੰ ਕਹਿੰਦਾ ਤੇਰੀ ਔਕਾਤ ਹੈ? ਕਹਿੰਦਾ ਤੂੰ ਮਜੀਠੀਆ ਦਾ ਨਾਂ ਲੈਂਦਾ, ਕਹਿੰਦਾ ਸ਼ਕੀਰ ਦਾ ਨਾਂ ਲੈਂਦਾ। ਕਹਿੰਦਾ ਤੇਰੀ ਔਕਾਤ ਕੀ ਆ ਤੂੰ ਮਜੀਠੀਆ? ਉਹਨੇ ਬੜੇ ਲੈਂਗੁਏਜ ਗਲਤ ਬੋਲੀ, ਉੱਥੇ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਮੈਨੂੰ, ਰਾਜੂ ਜੀ ਨੂੰ ਅਤੇ ਬਿੱਲਾ ਜੀ ਨੂੰ। ਮੈਂ ਉਹਨੇ ਲਫ਼ਜ਼ ਵਰਤੇ, ਮੈਂ ਕਿਹਾ ਭਾਅ ਜੀ ਤੁਸੀਂ ਸਤਿਕਾਰਯੋਗ ਹੋ, ਅਤੇ ਸੁਖਪਾਲ ਫਾਲਾ ਕੋਲ ਸੀ, ਉਹਨੇ ਕਿਹਾ ਵੀ ਤੁਸੀਂ ਵੱਡੇ ਕੱਦ ਦੇ ਲੀਡਰ ਹੋ, ਤੁਸੀਂ ਇੱਦਾਂ ਦੀ ਲੈਂਗੁਏਜ ਚੰਗੇ ਨਹੀਂ ਲੱਗਦੇ ਯੂਜ ਕਰਦੇ, ਰੁਕ ਜਾਓ। ਉਹ ਕਹਿੰਦਾ ਯਾਰ ਕਿਉਂ ਨਾ ਕਰਾਂ? ਉਹਨੇ ਅੱਗੇ ਪਾਲੇ ਨੂੰ ਜਵਾਬ ਦਿਆ, ਮੈਂ ਕਿਉਂ ਨਾ ਇਹੋ ਜਿਹੀ ਲੈਂਗੁਏਜ ਯੂਜ ਕਰਾਂ? ਤਾਂ ਉਹ ਤੋਂ ਬਾਅਦ ਉਹਨੇ ਜਦੋਂ ਇੱਦਾਂ ਦੀ ਲਫ਼ਜ਼ ਵਰਤੇ, ਮੈਂ ਕਿਹਾ ਜੀ ਆਪਾਂ ਮਜੀਠੀਆ ਸਾਹਿਬ ਕੋਲ ਚੱਲ ਕੇ ਜਿਹੜੀ ਤੁਹਾਨੂੰ ਕੋਈ ਗਲਤ ਫਹਿਮੀ ਆ ਉਹ ਕਲੀਅਰ ਕਰਾ ਲਿਆ ਨਾ, ਮਜੀਠੀਆ ਸਾਹਿਬ ਕੋਲ ਚੱਲਦੇ। ਕਹਿੰਦਾ ਸਾਨੂੰ ਲੋੜ ਆ, ਮੈਨੂੰ ਲੋੜ ਆ ਤੇਰੀ, ਆਪਾਂ ਮੈਨੂੰ ਨਹੀਂ ਲੋੜ ਤੇਰੀਆਂ ਵੋਟਾਂ ਦੀ, ਮਾਂ ਭੈਣਾਂ ਦੀਆਂ ਗਾਲਾਂ ਮੈਨੂੰ ਦੱਸਦੇ ਸ਼ਰਮ ਆਉਂਦੀ ਹੈ ਜਿਸ ਤਰੀਕੇ ਨਾਲ ਉਹਨੇ ਕੱਢੀਆਂ। ਫਿਰ ਉਹਨੇ ਬਾਅਦ 'ਚ ਕਿਹਾ ਵੀ ਸਾਨੂੰ ਤੁਹਾਡੀਆਂ ਵੋਟਾਂ ਦੀ ਕੋਈ ਲੋੜ ਨਹੀਂ, ਭੱਜੋ, ਮੈਂ ਤੁਹਾਡੀਆਂ ਵੋਟਾਂ ਨਹੀਂ ਬੈਠ ਦਿੰਦਾ। ਮੈਂ ਉਹਨੂੰ ਕਿਹਾ ਭਾਅ ਜੀ ਅਸੀਂ ਪਾਰਟੀ ਪਿੱਛੇ ਆਉਣਾ, ਪਾਰਟੀ ਪਿੱਛੇ ਆ ਤੁਹਾਡੇ 'ਚ ਹੈ, ਹਿੰਮਤ ਤੁਸੀਂ ਰੋਕਦੇ ਹੋ ਸਾਡੇ 'ਚੋਂ, ਅਸੀਂ ਵੋਟਾਂ ਪਾ ਦਾਂਗੇ। ਉਹਨਾਂ ਦੀ ਇੱਕੋ ਇੱਕ ਪੋਲਿਸੀ ਸੀ ਵੀ ਅਸੀਂ ਇਹਨਾਂ ਦੀਆਂ ਵੋਟਾਂ ਨਹੀਂ ਪੈਣਗੇ। ਅਸੀਂ ਜੀ ਜੋ ਸਾਨੂੰ ਪਾਰਟੀ ਪ੍ਰਧਾਨ ਦਾ ਹੁਕਮ ਹੈ, ਅਸੀਂ ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਸਾਡੇ ਪਾਰਟੀ ਪ੍ਰਧਾਨ ਆ ਉਹਨਾਂ ਨੂੰ ਮਿਲ ਕੇ ਆਇਆ। ਉਹਨਾਂ ਨੇ ਮੈਨੂੰ ਵੀਰਵਾਰ ਨੂੰ ਦੁਬਾਰੇ ਸੱਦਿਆ, ਉਹ ਮੈਨੂੰ ਵੀ ਜਿਹੜੇ 1.5 ਸਾਲ ਤੋਂ ਕਾਂਗਰਸ ਛੱਡ ਕੇ ਸਾਨੂੰ ਵਫ਼ਾਦਾਰੀਆਂ ਸਿਖਾ ਰਹੇ ਨੇ ਉਹ ਸਾਨੂੰ ਜਲਾਲਤ ਕਰਨ, ਸਾਨੂੰ ਮਾਂ ਭੈਣ ਤੋਂ ਥੱਲੇ ਨਾ ਉਤਰਨ, ਸਾਡੇ ਵਾਸਤੇ ਤੋਂ ਵੱਡੀ ਸ਼ਰਮ ਦੀ ਗੱਲ ਕੋਈ ਨਹੀਂ। ਸਾਨੂੰ ਪਾਰਟੀ ਪ੍ਰਧਾਨ ਸੁਖਬੀਰ ਜੀ ਦਾ ਹੁਕਮ ਹੈਗਾ ਜੀ ਜਾਂ ਮਜੀਠੀਆ ਸਾਹਿਬ ਦਾ? ਮੇਰੀ ਗੱਲ ਤਾਂ ਢਿੱਲੋਂ ਸਾਹਿਬ ਨਾਲ ਹੋਈ ਹੋਈ 6 ਬੰਦੇ ਨਾਲ, ਠੀਕ ਹੈ ਜੀ? ਕਹਿੰਦਾ ਮੈਂ ਹੁਣ ਤੋਂ 6 ਬੰਦੇ ਲੈਣੇ ਬਸ,
ਉਹਦੇ ਜੋ ਕੀ ਗੱਲ ਹੋਈ ਹੈ ਉਹਨੂੰ ਵੀ ਜੇ ਜਵਾਨ ਦੇ ਪੱਖੋਂ ਅਸੀਂ ਕਹਿ ਸਕਦੇ ਹਾਂ ਵੀ ਬਾਬਲਪੁਰੀ ਬਰਾਦਰੀ ਦਾ ਨਾਂ ਤੇ ਸਿਰ ਉੱਚਾ ਕੀਤਾ ਔਰ ਕੇਸ਼ ਕੁਮਾਰ ਮਹਿਤਾ ਨੇ ਕੀਤਾ ਇਹਨਾਂ ਦੀ ਐਡੀ ਜਿਹੜੀ ਤੁਸੀਂ ਕਹਿ ਰਹੇ ਜਿਹੜੀ ਮਹਿਤਾ ਸਾਹਿਬ ਤੁਸੀਂ ਗੱਲ ਕਰ ਰਹੇ ਨਾ ਜਿਸ ਹਿਸਾਬ ਦੀ ਸਾਡੇ ਤੇ ਉੱਥੇ ਰੇਡ ਕੀਤੀ ਗਈ ਮਹਿਤਾ ਸਾਹਿਬ ਨੂੰ ਉੱਥੇ ਉਹਨਾਂ ਨੇ ਝਾਸੇ ਦਿੱਤੇ ਪੁਲਿਸ ਆਈ ਪੁਲਿਸ ਨੇ ਬਹੁਤ ਪ੍ਰੈਸ਼ਰ ਬਣਾਇਆ ਘੰਟਾ ਡੇਢ ਘੰਟਾ ਲਿਜਾ ਕੇ ਮੈਨੂੰ ਲੱਗਦਾ ਕੋਈ ਹੋਰ ਬੰਦਾ ਹੁੰਦਾ ਸਹਿਤ ਰੱਖੀ ਜਾਂਦਾ ਇਹ ਮਹਿਤਾ ਸਾਹਿਬ ਹੀ ਨੇ ਜਿਹਨੇ ਐਡਾ ਵੱਡਾ ਸਟੈਂਡ ਲਿਆ ਕਿਉਂਕਿ ਪਾਰਟੀ ਦੇ ਜਿਹੜੇ ਕੁਛ ਐਮ ਏ ਦੇ ਬੰਦੇ ਦੇ ਸ਼ਰਾਰਤੀ ਅਫਸਰ ਨੇ ਜਿਨ੍ਹਾਂ ਨੇ ਸਾਡੇ ਤੇ ਝੂਠਾ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਹਨਾਂ ਨੂੰ ਗਿਰਦਾਰ ਕੀਤਾ ਢਿੱਲੋਂ ਨੇ ਸਾਨੂੰ ਕਿਹਾ ਸੀ ਵੀ ਮੈਂ ਤੁਹਾਡੇ ਤਿੰਨ ਬੰਦਿਆਂ ਦੀ ਵੋਟ ਨਹੀਂ ਪੈਣ ਦਿੰਦਾ ਉੱਥੇ ਦੋ ਬੰਦੇ ਆ ਪੁਲਿਸ ਨੇ ਕਿਹਾ ਤੁਹਾਡੇ ਦੋ ਬੰਦੇ ਆਏ ਨੇ ਵੀ ਉਹਨਾਂ ਨੂੰ ਮਿਲੋ ਉੱਥੇ ਨਰਦੇਵ ਆਕੜੀ ਤੇ ਕਰਮਜੀਤ ਚੌਧਰੀ ਉੱਥੇ ਬੱਚੇ ਸੀ ਆਪਾਂ ਇਹ ਲਿਖ ਕੇ ਦਿੱਤਾ ਸੀ ਵੀ ਆਪਾਂ ਆਪਣੀ ਮਰਜ਼ੀ ਨਾਲ ਆਏ ਸ਼ਹਿਰਦਾਰੀ ਮੇਰੇ ਦੋਸਤੋ ਸ਼ਹਿਰਦਾਰੀ